ਮੇਰੇ ਤਕਰੀਬਨ ਸਾਰੇ ਇੱਥੇ ਪੁਰਾਣੇ ਦੋਸਤ, ਮੈਂ ਬੋਲਦਾ ਕਿ ਉਹ ਫਿਲਮ 'ਚ ਮੇਰਾ ਵੈਸੇ ਕੋਈ ਕੰਮ ਨਹੀਂ ਹੈ ਅਸਲ 'ਚ ਤਾਂ ਜੀ, ਇਹਨਾਂ ਦੋਸਤੀ ਦੀ ਜ਼ਿੰਮੇਵਾਰੀ ਮੇਰੀ ਹੈ ਜੀ, ਜਦ ਤੱਕ ਨਹੀਂ ਹੁੰਦੇ ਲਿਖ ਕੇ ਰੱਖ ਲਓ ਕਾਗਜ਼ ਸਭ ਦੇ ਸਾਹਮਣੇ, ਜੋ ਮਰਜ਼ੀ ਹੋਵੇ ਤਰਜਮਾਨੀ ਕਰੂਗੀ ਹਰ ਫਿਲਮ ਤੁਹਾਡੇ ਅਰਮਾਨਾਂ ਦੀ, ਤੁਸੀਂ ਫਿਕਰ ਨਾ ਕਰੋ ਹੁਣ ਦੀ ਟੁੱਟਦੀ ਜੋੜੀ ਮਾਨਾਂ ਦੀ। ਸਾਡੀ ਯਾਰੀ ਕਦੇ ਵੀ ਨਹੀਂ ਸੀ ਟੁੱਟੀ। ਪ੍ਰੋਬਲਮ ਕੀ ਸੀ ਕਿ ਜਦੋਂ ਅਸੀਂ ਇਕੱਠੇ ਹੋਏ ਸੀ ਨਾ, ਉਹ ਜੋਸ਼ ਉਵੇਂ ਹੀ ਅੱਜ ਵੀ ਸੀ, ਪਰ ਪ੍ਰੋਬਲਮ ਇਹ ਸੀ ਵੀ ਉਦੋਂ ਸਾਨੂੰ ਇਹ ਨਹੀਂ ਸੀ ਪਤਾ ਬਈ ਸਿਆਣਾ ਕਿਹੜਾ ਅਤੇ ਖੱਚ ਕਿਹੜੀ ਹੈ। ਉਦੋਂ ਖੱਚ ਕਿਸਮ ਦੀ ਪ੍ਰਵਿਰਤੀ ਵਾਲੇ ਲੋਕ ਬਹੁਤ ਵਿੱਚ ਵੜ ਗਏ ਸੀ, ਤੋ ਉਸ ਵਕਤ ਅਲੱਗ ਹੋਣ ਦਾ ਇਹ ਫਾਇਦਾ ਹੋਇਆ ਕਿ ਸਾਨੂੰ ਸਬਕ ਵੀ ਮਿਲਿਆ। ਹਾਂ, ਇਸ ਚੀਜ਼ ਦੀ ਮਾਫੀ ਹੈ ਕਿ ਜੇ ਇਕੱਠੇ ਕੰਮ ਕਰਦੇ ਤਾਂ ਹੋਰ ਬਹੁਤ ਅੱਛੀਆਂ ਫਿਲਮਾਂ ਅਸੀਂ ਤੁਹਾਨੂੰ ਦੇ ਸਕਦੇ ਸੀ, ਪਰ ਹੁਣ ਤੁਹਾਡੇ ਨਾਲ ਵਾਅਦਾ ਕਿ ਚੰਗੇ ਹੀ ਕਰਾਂਗੇ, ਮਾੜਾ ਨਹੀਂ ਕਰਦੇ, ਕਿਸੇ ਵੀ ਅਲਾਰੂ ਅਤੇ ਛਲਾਰੂ ਕਿਸਮ ਦੀ ਕੋਈ ਵੀ ਫਿਲਮ ਨਹੀਂ ਕਰਾਂਗੇ, ਨਾ ਕਰਨੀ ਮਨਜ਼ੂਰ ਹੈ, ਚੰਗੀ ਕਰਾਂਗੇ ਜਿਹੜੀ ਸਾਡੀ ਮੜਕ ਅਤੇ ਰੜਕ ਦੀ ਗੱਲ ਕਰੋ। ਸਾਨੂੰ ਵੀ ਪੂਰੀ